ਨਹੀਂ ਮੈਂ ਜੰਮਿਆ ਕਰਾਚੀ ਤੁਸੀਂ ਜੰਮੇ ਕਰਾਚੀ ਸੀ ਲੇਕਿਨ ਫੈਮਲੀ ਜਿਹੜੀ ਸਾਡੀ ਹੈ ਨਾ ਉਹ ਗੁਜਰਾਤ ਪੰਜਾਬ ਦੀ ਹੈ ਠੀਕ ਹੈ ਤੇ ਅੰਮੀ ਜੀ ਨੇ ਕਸੂਰ ਦੇ ਤੇ ਸਾਡਾ ਪਿੱਛੇ ਜਾਂਦਾ ਰਾਜਪੂਤਾਨੇ ਚ ਕੋਈ 1850 ਟਾਈਪ ਦੇ ਨਾ ਸਾਡੇ ਨਾਂ ਦੇ ਅੱਗੇ ਸਿੰਘ ਹੁੰਦਾ ਸੀ ਤੇ ਅਸੀਂ ਫੇਰ ਗਏ ਆ ਪੰਜਾਬ ਸੈਟਲ ਹੋਏ ਉੱਥੇ ਮੁਸਲਮਾਨ ਹੋਏ ਤੇ ਇਹ ਬੈਕਗ੍ਰਾਉਂਡ ਹੈ ਫੈਮਲੀ ਦੀ ਹੁਣ ਹਰ ਕੋਈ ਨਹੀਂ ਕਹਿੰਦਾ ਕਿ ਅਸੀਂ ਪਹਿਲੇ ਹਿੰਦੂ ਸਾਂ ਤੇ ਪਤਾ ਨਹੀਂ ਕੋਈ ਸਿੱਖ ਵੀ ਹੋਏਗਾ ਪੰਜਾਬੀ ਮੈਨੂੰ ਪਤਾ ਕਿੱਥੇ ਸਿੱਖੀ ਜੇਲ੍ਹ ਜਾ ਕੇ ਅੱਛਾ ਕਰਾਚੀ ਚ ਕਰਾਚੀ ਤੁਸੀਂ ਲਾਹੌਰ ਚਲੇ ਜਾਓ ਪੰਜਾਬੀ ਬੋਲਣ ਦੀ ਤੁਹਾਨੂੰ ਇਜਾਜ਼ਤ ਨਹੀਂ ਹੈ ਜਾਂ ਤੇ ਤੁਸੀਂ ਸ਼ਰਾਬ ਪੀ ਕੇ ਜੂਆ ਖੇਡਦੇ ਹੋਵੇ ਜਾਂ ਗੁੰਡਾਗਰਦੀ ਕਰਦੇ ਹੋ ਉਹ ਨੂੰ ਐਕਸੈਪਟ ਕਰਨੀ ਹੈ ਕਿ ਬਈ ਨੌਕਰ ਦੇ ਨਾਲ ਪੰਜਾਬੀ ਬੋਲੋ ਉਹ ਮਤਲਬ ਉਹੀ ਮੈਂ ਤੁਹਾਡਾ ਪੁੱਛਣਾ ਚਾਹ ਹਾਂ ਅੱਜ ਤੱਕ ਅੱਜ ਵੀ ਹੈ ਇਹ ਸਰ ਮੇਰੀ ਮਾਂ ਨੇ ਮੇਰੇ ਕੋਲ ਨਾਲ ਹਮੇਸ਼ਾ ਪੰਜਾਬੀ ਚ ਗੱਲ ਕੀਤੀ ਲੇਕਿਨ ਮੈਨੂੰ ਇਜਾਜ਼ਤ ਨਹੀਂ ਸੀ ਕਿ ਮੈਂ ਉਹਨੂੰ ਪੰਜਾਬੀ ਚ ਜਵਾਬ ਦਿਆਂ ਮੇਰਾ ਸੀ ਕਿ ਮੈਂ ਉਹਨਾਂ ਨੂੰ ਉਰਦੂ ਵਿੱਚ ਕਹਾਇਜ਼ ਫੈਜ਼ ਪੰਜਾਬੀ ਉਹਨੇ ਕਦੀ ਕੁਝ ਕਿਹਾ ਪੰਜਾਬੀ ਚ ਪੰਜਾਬ ਲਾਹੌਰ ਵਿੱਚ ਪਹਿਲੀ ਵਾਰੀ ਹੂੰ ਹੂੰ 2-3 ਹਜ਼ਾਰ ਸਾਲ ਦੇ ਬਾਅਦ ਪੰਜਾਬੀ ਖਤਮ ਹੋ ਰਹੀ ਹੈ دین ਦਾ ਜਾਂ ਧਰਮ ਦਾ ਜ਼ੁਬਾਨ ਦੇ ਨਾਲ ਕੋਈ تعلق ਨਹੀਂ ਹੁੰਦਾ ਜੀ ਪੰਜਾਬ ਵਿੱਚ ਇਸਾਈ ਵੀ ਨੇ ਹੈ ਸਿੱਖ ਵੀ ਨੇ ਜ਼ੋਰਾਸਟਰিয়ান ਨੇ ਮੁਸਲਮਾਨ ਐ ਬੁੱਧਿਸਟ ਨੇ ਉਹ ਟੈਕਸ਼ਲਾ ਪੰਜਾਬ ਚ ਜੀ ਸਰ ਟੈਕਸ਼ਲਾ ਕੋਈ ਯੂਪੀ ਬਿਹਾਰ ਇਸ ਨਹੀਂ ਹੈ ਹੜੱppa ਜਿਹੜਾ ਇਹ ਸਾਰਾ ਪੂਰਾ ਇੰਡੀਆ ਦੀ ਸਿਵਲਾਈਜ਼ੇਸ਼ਨ ਕੁਰਖੇਤਰਾ ਤੋਂ ਲੈ ਕੇ ਤੁਸੀਂ ਮਹਾਭਾਰਤ ਵੇਖੋ ਸਾਰਾ ਪੰਜਾਬ ਤੋਂ ਆਂਦਾ ਹੈ ਤੇ ਲੋਕਾਂ ਨੇ ਕਿਹਾ ਕਿ ਪੰਜਾਬੀ ਬੰਦ ਕਰ ਦਿਓ ਸਿਆਪਾ ਹੀ ਮੁੱਕ ਜਾਏਗਾ ਦੇਖੋ ਮੇਰੇ ਜਿਹੜੇ ਅਬਾਜੀ ਸਨ ਉਹ ਬੰਬੇ ਦੇ ਸਨ ਜੀ ਅмма ਲਾਹੌਰ ਦੀ ਸਨ ਹੂੰ ਇਹ ਅੱਪੀ ਇੱਕ ਕਲੈਸ਼ ਆਫ ਸਿਵਲਾਈਜੇਸ਼ਨ ਹੈ ਠੀਕ ਹੈ ਲਾਹੌਰ ਦੀ ਲੜਕੀ ਹੋਏ ਬਿਲਕੁਲ ਸਹੀ ਮੁੰਡਾ ਬੰਬੇ ਦਾ ਹੋਏ ਹਾਲੀਕੋ ਬੋਲੀਵੁੱਡ ਦਾ ਉਹ ਅਜੀਤ ਜਿਹੜਾ ਨਹੀਂ ਸੀ ਐਕਟਰ ਆਉਦਾ ਯਾਰ ਇਹ ਜਦ ਇੰਡੀਆ ਪਾਕਿਸਤਾਨ ਦੀ 50s ਵਿੱਚ ਕ੍ਰਿਕਟ ਮੈਚ ਹੁੰਦੇ ਸੀ ਨਾ ਫਿਲਮ ਸਟਾਰਸ ਸਾਡੇ ਘਰ ਆਉਂਦੇ ਸਨ ਕਿਉਂਕਿ ਈਵਨ ਆਪਣਾ ਇੱਕ ਹੋਰ ਸੀ ਉਹ ਜਿਹੜਾ ਕਮੇਡੀਅਨ ਹੈ ਜੋਨੀ ਵਾਕਰ ਜੋਨੀ ਵਾਕਰ ਉਹ ਵੀ ਸਾਡੇ ਘਰ ਆ ਚੁੱਕਿਆ ਐ ਇਸ ਮਾਹੌਲੇ ਚ ਬੜਾ ਅਰਬਨ ਵਾਈਬਰੈਂਟ ਯੂਰੋਪੀਅਨ ਮੇਰੇ ਅੱਬਾ ਜੀ ਦੀ ਜਿਹੜੀ ਸੋਤੇਲੀ ਮਾਂ ਸੀ ਸ਼ੀ ਵਾਸ ਫ੍ਰੈਂਚ ਠੀਕ ਹੈ ਤੇ ਤੁਸੀਂ ਦੂਜੀ ਅੱਮਾ ਜੀ ਜਿਹੜਾ ਕਸੂਰ ਤੇ ਲਾਹੌਰ ਦੀ ਅੰਦਰੂਨ ਸ਼ਹਿਰ ਲਾਹੌਰ ਤੋਂ ਮੇ ਅੱਬਾ ਜੀ ਦੱਸਦੇ ਨੇ ਕਿ ਜਦੋਂ ਟ੍ਰੇਨ ਗਈ ਲਾਹੌਰ ਤੋਂ ਬੰਬਈ ਤੇ ਉਹਨੇ ਪਹਿਲੇ ਤੇ ਮੇਰੀ ਅੰਮੀ ਜੀ ਦਾ ਬੁਰਕਾ ਲਿਆ ਠੀਕ ਹੈ ਇਹ ਜੇ ਟ੍ਰੇਨ ਚ ਜੀ ਚੱਲ ਗਈ ਬਾਹਰ ਸੁੱਟੋ ਐ ਕੀ ਭਾ ਕੇ ਆਈਆਂ ਉਹਦੇ ਬਾਅਦ ਮੇਰੀ ਮਾਂ ਨੇ ਕਦੀ ਨਹੀਂ ਲਾਹੌਰ ਸੀ ਜਾਂਦੇ ਸਨ ਤੇ ਜਦ ਨਾਨਾ ਬੋਲੇ ਨਾ ਉਹ ਕਿੱਧਰ ਜਾ ਰਹੇ ਹੋ ਤੁਸੀਂ ਅੰਮਾ ਜੀ ਤੇ ਖਾਲਾ ਨੇ ਉਹ ਕਾਲਾ ਬੁਰਕਾ ਉਹਨਾਂ ਦਾ ਸੀ ਮੂੰਹ ਤੇ ਪਾਇਆ ਜਦੋਂ ਟਾਂਗਾ ਚਲਾ ਗਿਆ ਨੱਚ ਕੋ ਫਿਰ ਸੁੱਟ ਦਿਓ ਬੜੀ ਜ਼ਬਰਦਸਤ ਜਗ੍ਹਾ ਸੀ ਲੋਰ ਠੀਕ ਦੇਖੋ ਪਹਿਲੇ ਅਸੀਂ ਕਰਾਚੀ ਰਹਿੰਦੇ ਸਾਂ ਜੀ ਤੇ ਮੇਰੇ ਅੱਬਾ ਜੀ ਗਏ ਸਨ ਉੱਥੇ ਇੰਡੀਆ ਬੰਬਈ ਦਾਦਾ ਉੱਥੇ ਹੀ ਸਨ ਬੰਬਈ ਤੇ ਵਾਪਸੀ ਤੇ ਉਹ ਜਿਹੜੀ ਕਾਰ ਘਾਰੋਂ ਰਿਵਰਸ ਕੀਤੀ ਹਾਂ ਹਾਂ ਤੇ ਅмма ਜੀ ਨੇ ਛੱਡ ਤਾ ਮੈਨੂੰ ਉਹ ਬਾਗ ਜਿਹੜਾ ਸੀ ਠੀਕ ਹੈ ਮੈਂ ਤਦੋਂ ਹੀ ਮਸੀਤ ਤਾਂ ਮੈਂ ਉਹ ਗੱਡੀ ਮੇਰੇ ਰਿਵਰਸ ਕਰਨ ਤੇ ਮੇਰੀ ਟੰਗਾ ਤੇ ਚਲ ਪਈ ਅੱਛਾ ਜੀ ਤੇ ਬੋਥ ਮਾਈ ਲੈਗਸ ਵਰ ਬ੍ਰੋਕਨ ਤੇ ਪਲਾਸਟਰ ਅਜੇ ਤੱਕ ਮੇਰੀ ਹੀਲ ਜਿਹੜੀਆਂ ਨੇ ਨਾ ਉਹ ਚਲ ਪਈ ਫਿਰ ਪਲਾਸਟਰ ਵਿੱਚ ਮੈਂ ਰਿਆ ਮੈਨੂੰ ਖੈਰ ਕੋਈ ਉਹਦੀ ਨਹੀਂ ਹੈ ਲੇਕਿਨ 올 ਮਾਈ ਲਾਈਫ ਮੇਰੀ ਜਿਹੜੀ ਹੀਲਸ ਨੇ ਅਜੇ ਤੱਕ ਦਰਦ ਕਰਦੀਆਂ ਨੇ ਦੇ ਆਰ ਲਾਈਕ ਬੋਨ ਬਿਲਕੁਲ ਠੀਕ ਹੈ ਤੇ ਕੋਈ ਗੋਸ਼ ਨਹੀਂ ਕੋਈ ਵੀ ਕਿਉਂਕਿ ਉਹ ਸੜ ਗਿਆ ਸਾਰਾ ਹੂੰ ਹੂੰ ਤੇ ਅਜੇ ਉਹ ਖਤਮ ਹੋਇਆ ਸੀ ਤੇ ਡੁੱਬਣ ਵਾਲੀ ਪਿੱਛੇ ਸਵਿਮਿੰਗ ਪੂਲ ਸੀ ਕਾਰ ਦੇ ਆਈ ਵਾਸ 2 2 ইয়ার্স ওল্ড আচ্ছা তো ਇੱਕ ਸਾਲ ਅਜੇ ਮੁੱਕਿਆ ਨਹੀਂ ਅਜੇ ਡੁੱਬ ਗਏ ਉਹ ਫਿਰ ਮੈਂ ਸੁਣੀਆ ਕਿ ਮਟਕੇ ਤੇ ਲਾ ਕੇ ਸਾਡਾ ਡਰਾਈਵਰ ਸੀ ਅਫਰੀਦੀ ਪਸ਼ਤুন ਉਹਨੇ ਮਟਕੇ ਤੇ ਉਲਟਾ ਲਿਟਾ ਕੇ ਪਾਣੀ ਕਢਿਆ ਸਾਰਾ ਹੂੰ ਉਹ ਮੇਰੀ ਅਮਾ ਜੀ ਕੰਨੀ ਨੀ ਤੂੰ ਕਦੀ ਚੈਨ ਨਹੀਂ ਦਿੱਤਾ ਸਾਨੂੰ ਝਗੜੇ ਚੱਲਦੇ ਰਹਿੰਦੇ ਨੇ ਤੇ ਸੋ ਇਟ ਇਟ ਫਿਰ ਉਹ ਐਕਸੀਡੈਂਟ ਜਿਹੜਾ ਸੀ ਨਾ ਮੈਨਾ ਮੈਂ ਕਦੀ ਤੇਜ਼ ਚੱਲ ਨਹੀਂ ਸਕਿਆ ਗੁੱਟ ਨੇ ਮੇਰੇ ਲੜਦੇ ਸਨ ਸੋ ਥਰੋਅਆਊਟ ਸਕੂਲ ਬੜਾ ਟਫ ਲਾਈਫ ਸੀ ਸਾਰੇ ਬੱਚੇ ਇੱਕ ਤੇ ਚਸ਼ਮਾ ਵੀ ਲੱਗ ਗਿਆ ਤੇ ਉਹ ਬੇਬੀ ਆਉਲ ਕਹਿੰਦੇ ਸਨ ਸਕੂਲ ਇਟ ਕੈਥਲਿਕ ਸਕੂਲ ਸੀ ਤੇ ਸਾਡੀ ਕਰਾਚੀ ਚ ਬਹੁਤ ਵੱਡੀ ਗੋਨ ਕੈਥੋਲਿਕ ਕਮਿਊਨਿਟੀ ਹੁੰਦੀ ਸੀ ਜਿਹਦੇ ਸਾਰੇ ਨਾਸ ਗਏ ਮੋਲ ਮੋਲਵਿਆ ਨੇ ਹਿੰਦੂ ਕਾਟ ਤੇ ਪਾਰਸੀ ਗੋਨ 크ਰਿਸਚਨ ਸਾਰੇ ਨਿਕਲ ਗਏ ਕਰਾਚੀ ਤੋਂ ਉਸ ਸੇਂਟ ਲੋਰੈਂਸ ਸਕੂਲ ਸੀ ਉਹਦੇ ਮੈਂ ਜਾਂਦਾ ਸਾਂ ਤੇ ਟੂ ਵੈਰੀ ਟਫ ਡੇਸ ਬਟ ਉਹ ਜਿਹੜਾ ਪ੍ਰਿੰਸੀਪਲ ਸੀ ਨਾ ਫਾਦਰ ਮਾਸਕਰੀਨ ਸਜੇ ਵੀ ਜ਼ਿੰਦਾ ਹੈ 95 ইয়ার্স ਦਾ এ ਕਰਾਚি ਉਹਨੇ ਮੇਰਾ ਖਿਆਲ ਰੱਖਿਆ वरना ਦੁੱਧੇ ਮੁੰਡਿਆਂ ਨੇ ਤੇ ਮੈਨੂੰ ਪਿੱਟਦੇ ਨਾਲ ਸੀ ਚਸ਼ਮਾ ਲੈ ਬੱਚੇ ਨੇ ਛੋਟਾ ਜਿਹਾ ਚਲਾ ਜਾ ਰਿਹਾ ਹੈ 50 ਪਾਉਂਡ ਵਜ਼ਨ ਹੈ ਟੰਨਾ ਟੁੱਟ ਗੁੱਟ ਨੇ ਆਪਸ ਹੀ ਲੜੜਨੇ ਹਰ ਥੋੜੀ ਦੇਰ ਬਾਅਦ ਡਿੱਗ ਜਾਂਦਾ ਸੀ ਉਹ ਜ਼ਬਰਦਸਤ ਜਗ੍ਹਾ ਸੀ ਟੀਚਰਸ ਠੀਕ ਹੈ ਇਹ ਜਿਹੜਾ ਕੈਥਲਿਕ ਕਨਸੈਪਟ ਹੈ ਨਾ ਸਰਵਿਸ ਦਾ ਇਹਦਾ ਜਵਾਬ ਨਹੀਂ ਸਰ ਗਰੀਬ ਕਦੀ ਉਹਦੇ ਬਾਅਦ ਬੜੀ ਟਰੈਜੇਡੀਜ਼ ਹੋਈਆਂ ਫੈਮਿਲੀ ਦੀ ਸਾਰੀ ਗੱਡੀਆਂ ਵਡੀਆਂ ਵਿਕ ਗਈਆਂ ਸੀ ਕੁਰਕੀ ਹੋ ਗਏ ਕਾਰ ਉੱਤ ਬੇਕਾਰ ਸਮ ਟਾਈਮ ਵਿਦਆਊਟ ਫੂਡ ਉਹ ਸਕੂਲ ਪ੍ਰਿੰਸੀਪਲ ਨੇ ਕਦੀ ਨਹੀਂ ਅਹਿਸਾਸ ਹੋਣਾ ਦਿੱਤਾ ਕਿ ਭਈ ਤੂੰ ਕੋਈ ਵਜ੍ਹਾ ਹੈ ਕਈ ਦਫਾ ਉਹਨੇ ਫੀਸ ਵੀ ਆਪਣੀ ਜੇਬੋਂ ਦਿੱਤੀ ਤੇ ਇਟ ਵਾਸ ਅ ਗ੍ਰੇਟ ਸਕੂਲ ਉਧਰ ਹੀ ਮੈਂ 7ਵੀਂ 8ਵੀਂ ਜਮਾਤ ਵਿੱਚ ਨਾ 9th 65 ਦੀ ਵਾਰ ਹੋਈ ਮੈਂ ਮੈਟ੍ਰਿਕ ਕਰਕੇ ਨਿਕਲਿਆ ਸਾਂ ਜੀ ਤੇ ਇਟ ਇਟ ਦੀ ਐਜੂਕੇਸ਼ਨ ਵਾਸ ਸੋ ਗੁੱਡ ਕਿ ਮੈਂ ਜਿਹੜੀ ਸਿਲੇਬਸ ਦੇ ਬਾਹਰ ਯਾਨੀ ਸਾਡੀ ਐਟ ਲੀਸਟ ਦੀ ਗੇਮਜ਼ ਹੁੰਦੀਆਂ ਸਨ ਸਾਨੂੰ ਐਨਸਾਈਕਲੋਪੀਡੀਆ ਸਕੂਲ ਵਿੱਚ ਮਿਲਦਾ ਸੀ ਠੀਕ ਹੈ ਕਿ ਦੇ ਲੱਭੋ ਜਗਾ ਸਭ ਪਤਾ ਸੀ 65 ਦੀ ਵਾਰ ਜ ਮੈਨੂੰ ਪਤਾ ਚੱਲਿਆ ਕਿ ਪੂਰਾ ਪਾਕਿਸਤਾਨ ਜਾਲੀ ਕਨਸੈਪਟ ਹੈ ਉਹ ਪੈਂਡ ਦੀ ਜੰਗ ਹੋਈ ਉਹ ਕਹ ਰਹੇ ਨੇ ਦੇਖੋ ਜੀ ਫਰਿਸ਼ਤੇ ਆ ਗਏ ਹਿੰਦੂਆਂ ਦੇ ਬੰਮ ਸੁੱਟ ਕੇ ਲੈ ਗਏ ਉਹ ਅਸਮਾਨ ਤੇ ਮੀਟੀਅਰ ਸੀ ਉਹਨੇ ਕਹੋ ਦੇਖੋ حضرت ਅਲੀ ਦੀ ਤਲਵਾਰ ਚੱਲ ਰਹੀ ਹੈ ਹਮ ਕਿ ਮੱਤ ਮਾਰੀ ਤੁਹਾਡੀ ਬਈ ਸਾਰੀ ਦੁਨੀਆ ਕਹਿ ਰਹੀ ਉਹ ਅਸਮਾਨ ਤੇ ਜਿਹੜਾ ਮੀਟੀਅਰ ਹੈ ਹਮ ਹਮ ਉਹ حضرت ਲੀਦੀ ਤਲਵਾਰੇ ਤੇ ਉਹ ਆ ਗਏ ਨੇ ਹਿੰਦੂਆਂ ਨੂੰ ਮਾਰਨ ਉਹ ਮੈਂ ਕਿ ਮੀਟੇਰੇ ਮੈਂ ਅਠਵੀਂ ਜਵਾਹ ਦਿੱਤੀ ਪੜਿਆ ਕੁ ਤਲਵਾਰ ਨਹੀਂ ਹੈ ਸੋਚੋ ਤੇ ਸਹੀ ਹਾਂ ਪੂਰੀ ਸ਼ਹਿਰ পাগল ਹੋਇਆ ਜਿਹੜਾ ਕੋਈ ਫਕੀਰ ਮਿਲੋ ਉਹਨੇ ਕੁੱਟ ਪਾ ਦੇਂਦਾ ਸੋ ਕਿ ਇੰਡੀਅਨ ਸਪਾਈ ਹੈ ਅੱਛਾ ਉਹ ਮੈਂ ਕਿ ਤਲਤੀ ਮਤ ਮਾਰੀ ਕਿ ਧਰ ਚਲੇ ਜਾ ਰਹੇ ਤੁਸੀਂ ਪੰਜਵੀਂ ਜਮਾਤ ਇੱਥੇ ਮੈਨੂੰ ਦੱਸਿਆ ਗਿਆ ਸੀ ਕਿ ਹਿੰਦੂ ਜਿਹੜਾ ਹੈ ਉਹ ਗੰਦਾ ਹੁੰਦਾ ਸਿੱਖ ਜਿਹੜਾ ਹੁੰਦਾ ਹੈ ਨਾ ਉਹਦੀ ਮੱਤ ਮਾਰੀ ਹੁੰਦੀ ਹੈ ਉਹ ਦੇਖੋ ਨਾ ਮੈਂ ਬ੍ਰਿਟਿਸ਼ ਕਾਉਂਸਲ ਇੱਕ ਸਾਈਕਲ ਮੈਨੂੰ ਮਿਲੀ ਤੇ ਉਹਦੇ ਬਾਅਦ ਮੈਂ ਕਦੀ ਸਾਈਕਲ ਮਿਲ ਜਾਏ ਮੇਰੀ ਤਾਂ ਦੁਨੀਆਂ ਕੁ ਲੱਗੀ ਬਿਲਕੁਲ ਸਹੀ ਉਹ ਮੈਂ ਬ੍ਰਿਟਿਸ਼ ਕਾਉਂਸਲ ਜਾਂਦਾ ਸੀ ਉੱਥੇ ਮੈਂ ਇਧਰ ਕੋਲ ਪਾਈਏ ਉਹ ਪਿੱਛੇ ਹਿਸਟਰੀ ਆਫ ਸੈਕੰਡ ਵਰਲਡ ਵਾਰ ਉਹ ਦੀ ਚਰਚਿਲ ਦੀ ਠੀਕ ਹੈ ਉਹ ਉੱਤੇ ਜਿਹੜਾ ਵਾਲੀ ਮੈਂ ਨਾ ਪੰਜ 6 ਜੀ 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 ਉਹ ਉਹ ਮੈਂ ਜਾ ਕੇ ਜਨਾਬ ਪੜਨਾ ਸ਼ੁਰੂ ਕੀਤਾ ਕਿ ਬੋਰ ਕੀ 65 ਦੇ ਬਾਅਦ ਕਾਲਜ ਦਾ ਪਹਿਲਾ ਦੂਜਾ ਹਫਤਾ ਪਹਿਲਾ ਵੀਕ ਜਿਹੜਾ ਹੈ ਅਗਸਤ ਦੇ ਸਸੀ ਗਏ ਆ ਕਾਲਜ ਤੇ ਅਗਸਤ ਦੀ 28 ਨੂੰ ਪਾਕਿਸਤਾਨ ਦੇ ਜਿਹੜੇ ਫੌਜੀ ਸਨ ਉਹ ਵੜ ਗਏ ਨੇ ਜੰਮੂ ਕਸ਼ਮੀਰ ਵਿੱਚ ਕਿ ਜਹਾਦੀ ਨੇ ਠੀਕ ਹੈ ਉੱਥੇ ਲੋਕਾਂ ਨੂੰ ਫੜਵਾ ਦਿੱਤਾ ਤੇ ਪਾਕਿਸਤਾਨ ਫੋਰਸ ਫਿੱਟ ਛੰਬ ਜੋੜੀਆਂ ਤੇ ਅੰਦਰ ਚਲੀ ਗਈ ਲਿਟਰਲੀ ਬਾਰਡਰ ਕਰਾਸ ਕਰਕੇ ਇੰਡੀਅਨ ਕਸ਼ਮੀਰ ਦੀ ਰੋਡ ਕਟ ਉਹ ਜੋ ਪਠਾਨਕੋਟੋਂ ਜਾਂਦੀ ਉਹ ਕੱਟੀ ਜਾ ਰਹੀ ਫਿਰ ਸ਼ਾਸਤਰੀ ਜੀ ਨੇ ਲਾਹੌਰ ਤੇ ਹਮਲਾ ਕੀਤਾ ਠੀਕ ਤੇ ਕਲ ਬੰਦੀ ਲੇਕਿਨ ਲੋਕਾਂ ਤੇ ਜਿਹੜਾ ਜਨੂੰਨ ਸੀ ਜਿੰਨੂੰ ਵੇਖੋ ਨਾ ਜੋ ਗਰੀਬ ਜਿਹੇ ਉਹ ਸਕੂਟਵਾਲੇ Hindu ਐਨੇ ਲੋਕਾਂ ਨੂੰ ਮੈਂ ਵੇਖਿਆ ਅਨੈਸੈਸਰੀ

ਮੈਂ ਯਾਰਾਂ ਨੂੰ ਕਿਹਾ ਕਿ ਯਾਰਾਂ ਨੂੰ ਦੇਖ ਤੇ ਇਤਿਹਾਸ ਦਿੱਲੇ ਆਪਣੇ ਪਿਓ ਨੂੰ ਮਾਰਿਆ ਪੁੱਤਰ ਨੂੰ ਮਾਰਿਆ ਭਰਾ ਨੂੰ ਮਾਰਿਆ ਆਪਣੀ ਸਿਸਟਰ ਨੂੰ ਸੁੱਟ ਦਿੱਤਾ ਰੈਡ ਫੋਰਟ ਤੋਂ ਇਹ ਕਿੱਥੋਂ ਸਾਡੇ ਹੀਰੋ ਹੈ ਬਸ ਸਰ ਇਹ ਪੁੱਠੀ ਹਿਸਟਰੀ ਹਮ ਟੋਟਲ ਗਲਤ ਹਿਸਟਰੀ ਤੁਸੀਂ ਸੋਚ ਵੀ ਨਹੀਂ ਸਕਦੇ ਹੋ ਕਿ ਕਿੰਨੀ ਗਲਤ ਹਿਸਟਰੀ ਪੜਾਈ ਜਾਂਦੀ ਹੈ ਦੇਖੋ ਅਬਦਾਲੀ ਇੱਕ ਬਾਦਸ਼ਾਹ ਜਿਹਨੇ ਲਾਹੌਰ ਤੇ ਖਤਮ ਕਰਤਾ ਉਹਨੇ ਇੱਕ ਬੰਦਾ ਨਹੀਂ ਛੜਿਆ ਤੇ ਉਪਕਸندہ ਹੀਰੋ ਤੋੜਾ ਸਭ ਤੋਂ ਹਿਸਟੋਰਿਕ ਛੇ ਲਾਹਰੇ ਤੇ ਤੁਸੀਂ ਅਫਦਾਲੀ ਨੂੰ ਹੀਰੋ ਮੰਨਦੇ ਹੋ ਕੋਈ ਗੱਲ ਇੱਥੇ ਮਾੜੀ ਹੋਏਗੀ ਨਾ ਸਾਰੇ ਚ ਨਾ ਕੋਈ ਗਾਈਡੈਂਸ ਦੇਣ ਵਾਲਾ ਉਹਦੇ ਕਸੂਰ ਕੀ ਹੈ ਆਪਣੀ ਜ਼ੁਬਾਨ ਵਿੱਚ ਗੱਲ ਨਹੀਂ ਕਰਦੇ ਮਾਂ ਬੋਲੀ ਦੇ ਅੰਦਰ ਗੱਲ ਨਹੀਂ ਕਰੋਗੇ ਤਾਂ ਸੱਚ ਸੱਚ ਤਾਂ ਪਹਿਲਾ ਜਿਹੜਾ ਸਟੈਪ ਏ ਕਿ ਅਗਰ ਤੁਸੀਂ ਗੁਜਰਾਤੀ ਹੋ ਬੰਗਾਲੀ ਹੋ ਤੁਸੀਂ ਮਾਂ ਪਿਓ ਦੇ ਨਾਲ ਬੰਗਲਾਏ ਚ ਗੱਲ ਕਰੋਗੇ ਗੁਜਰਾਤੀ ਦੇ ਅੰਦਰ ਸਾਮਲੀਚ ਕਰੋਗੇ ਮਲਿਆਲੀਚ ਕਰੋਗੇ ਪਸ਼ਤੋਜ ਕਰੋਗੇ ਐਥੇ ਪੁੱਠਾ ਪੁੱਠੀ ਗੱਲ ਕੀਤੀ ਇਹ ਕੋਈ ਰਾਕਟ ਸਾਇੰਸ ਤੇ ਨਹੀਂ ਸਰ ਸੂਮਾਲੀਏ ਸੂਮਾਲੀ ਬੋਲੀ ਜਾਏਗੀ ਨਾ ਤੁਸੀਂ ਅਰਬੀ ਕਰ ਦਿਓ ਕੀ ਕਰਨਗੇ ਉਹ ਪੂਰੇ ਪਾਕਿਸਤਾਨ ਵਿੱਚ ਕਿਸੇ ਨੇ ਅਰਬੀ ਕਦੀ ਬੋਲੀ ਨਹੀਂ ਇੱਕ ਆਇਆ ਸੀ ਮੁਹੰਮਦ ਬਿਨ ਕਾਸਿਮ ਜੀ ਉਹਨੇ ਉਹਨੇ ਦੇਖੋ ਸਿਰਫ ਇੱਕ ਮੈਂ ਦੱਸਾਂ ਉਹਦੀ ਜੀ 20000 ਹਿੰਦੂ ਕੁੜੀਆਂ ਨੂੰ ਲੈ ਗਿਆ ਤੇ ਉਹਨੇ ਨਿਲਾਮ ਕੀਤਾ ਦਮਾਸ਼ਕ ਵਿੱਚ ਇਹ ਕਿਸ ਤਰ੍ਹਾਂ ਸੀ ਬਰਦਾ ਮੁਸਲਮਾਨ सा मजहब है लेकिन मेरे घर आके ती मेरे ए, ए, सोफे ला जाओ कहना बत्तियां छत्तिया किताबा मेरिया ने खत्म डजन मीन कि मैं तो रिस्पैक्ट करा जस्ट बिकॉज यूर फेलो मुस्लिम नो एनी वन इनवेड माई कंट्री जिस तरह अरब आए सिंध हमला किया जी देर माएन मेरा मुसलमान होना अरबिया के नाम रिश्ता करना इट्स टू डिफरेंट थिंगस ਯਾ ਤੇ ਕਹਦੇ ਹੋ ਕਿ ਅਲਮੀਆਂ ਵੀ ਫਿਰ ਅਰਬ ਨੇ ਭਾਰਤ ਕਹਿ ਲੋ ਇੰਡੀਆ ਦੇਖੋ ਹਿੰਦੂ ਇੰਡੀਆ ਐਸਾਰਾ ਸਿੰਧੂ ਦਰਿਆ ਤੋਂ ਆਂਦਾ ਜੀ ਸਿੰਧ ਦਰਿਆ ਕਿੱਥੇ ਹੈ ਇਹ ਤੇ ਸਿੰਧ ਜੀ ਹੈ ਨਾ ਇਹ ਤੇ ਇੰਡੀਅਨਸ ਵੀ ਮਾਰੇ ਨੇ ਉਹਨਾਂ ਨੂੰ ਪੁੱਛੋ ਸਿੰਧ ਕਿੱਥੇ ਉਹ ਕਹਿੰਦੇ ਬੰਬਈ ਦਾ ਇੱਕੋ ਹੀ ਸਬਰ ਬੇ ਉਹਨਾਂ ਨੂੰ ਲੋਕਾਂ ਪਤਾ ਹੈ ਕਿ ਅੜਵਾਨੀ ਸਿੰਧੀ ਹੈ ਉਹਨਾਂ ਨੂੰ ਐ ਨਹੀਂ ਪਤਾ ਕਿ ਸਿੰਧ ਜਿਹੜਾ ਹੈ ਜਿਹੜਾ ਉਹਨਾਂ ਦੀ ਇੰਡੀਆ ਦੀ ਨੈਸ਼ਨਲ ਐਂਥਮ ਵਿੱਚ ਪੰਜਾਬ ਸਿੰਧ ਮਰਾਠਾ ਬੰਗਾਲ ਜਿਸ ਦਾ ਜ਼ਿਕਰ ਹੈ ਉਹਨੂੰ ਫਸਾਇ ਨਹੀਂ ਸੀ ਕਿੱਥੇ ਪੂਰੇ ਇੰਡੀਆ 'ਚ ਰਾਜਾ ਦਾਇਰ ਦੇ ਨਾਂ ਦੀ ਕੋਈ ਸੜਕ ਨਹੀਂ ਹੈ ਮੈਨੂੰ ਦੱਸੋ Allahabad ਦਾ ਅੱਲਾਹ ਦੇ ਨਾਲ ਕੀ ਤੱਲਕ ਹੈ ਇੰਡੀਆ ਦਾ ਪ੍ਰੋਬਲਮ ਹੈ ਕਿ ਇੰਡੀਆ 'ਚ ਹਰ ਬੰਦਾ ਜਿਹੜਾ ਹੈ ਪੈਸੇ ਉਹ ਤਜਾਰਤ ਦੀ ਗੱਲ ਕਰਦਾ ਹੈ ਕਿਦੇ 'ਚ ਫਾਇਦਾ ਕਿੰਨਾ ਹੈ ਜ਼ਿੰਦਾ ਕੌਮਾਂ ਐਨੀ ਵੇਖਦੀਆਂ ਅਗਰ ਮੈਂ ਆ ਕੇ ਤੁਹਾਡੇ ਬੱਚੇ ਦਾ ਨਾਂ ਰੱਖ ਦਿਆਂ ਇਬਰਾਹਿਮ ਲੋਧੀ ਬਿਲਿਊ ਐਕਸੈਪਟ ਇਟ ਸਿੱਧੀ ਗੱਲ ਹੈ ਹਿੰਦੁਸਤਾਨ ਦਾ ਮਤਲਬ ਹੈ ਪੂਰਾ ਨੇਪਾਲ ਸ਼੍ਰੀਲੰਕਾ ਹੈ ਪੂਰਾ ਸਭ ਹਿਮਾਲਿਆ ਜਿਹੜੀ ਪਹਾੜੀ ਹੈ ਇਹਨੇ ਇਹਦਾ ਕਿ 65000 ਇਅਰ 올ਡ ਉਹ ਇਨੀ ਲੈਂਡ ਮਾਸ ਜਾ ਕੇ ਏਸ਼ੀਆ ਤੇ ਟਕਰਾਈਏ ਤੇ ਉਹ ਮਾਊਂਟਨਸ ਬਣੇ ਨੇ ਨਾ ਕੋਈ ਆ ਸਕਿਆ ਹੈ ਨਾ ਕਦੀ ਅਸੀਂ ਭਾਰਤ ਦੇ ਲੋਕਾਂ ਨੇ ਕਿਸੇ ਤੇ ਹਮਲਾ ਕੀਤਾ ਚੁੱਪਚਾਪ ਸਾਡੀ ਜ਼ਿੰਦਗੀ ਗੁਜ਼ਰ ਰਹੀ ਹੈ ਅਸੀਂ ਜ਼ੀਰੋ ਵੀ ਬਣਾਇਆ ਅਸੀਂ ਚੈਸ ਵੀ ਬਣਾਇਆ ਅਸੀਂ ਅੱਗ ਵੀ ਜਲਾਈ ਅਸੀਂ ਖਾਣ ਵੀ ਪਕਾਇਆ ਸਭ ਕੁਝ ਅਸੀਂ ਕੀਤਾ ਪ੍ਰੋਫਿਟ ਮੁਹੰਮਦ ਇਸਲਾਮ ਦੇ ਜਿਹੜੇ ਬਾਨੀ ਨੇ ਹਾਂ ਪੈਗੰਬਰ ਨੇ ਉਹਨਾਂ ਦੀ ਔਲਾਦਾਂ ਨੂੰ ਅਸੀਂ ਸਿੰਧ ਵਿੱਚ ਪਣਾ ਦਿੱਤੀ ਜਦ ਅਰਬਾਂ ਨੇ ਇਰਾਨੀਆਂ ਤੇ ਕਬਜ਼ਾ ਕੀਤਾ ਮਾਰ ਕੁਟਾਈ ਕੀਤੀ ਸਾਰੇ ਪਾਰਸੀ ਜਿਹੜੇ ਨੇ ਉਹ ਬੰਬਈ ਆ ਗਏ ਹੈਲਪੂਰ ਦਾ ਨਾਮ ਫੈਸਲਾਬਾਦ ਕਿਸ ਤਰ੍ਹਾਂ ਹੋ ਸਕਦਾ ਫੈਸਲ ਸਾਡੇ ਪਿਓ ਲੱਗੇ ਆ ਸਾਊਦਰੀ ਬੀਆ ਦਾ ਕਿੰਗ ਦੇ ਨਾਂ ਤੇ ਤੁਸੀਂ ਪੰਜਾਬ ਦੇ ਇਹਨੇ ਮਸ਼ਹੂਰ ਸ਼ਹਿਰ ਦਾ ਨਾਂ ਲੈਲਪੁਰ ਹਟਾਇਆ ਸੀ ਚਲੋ ਉਹ ਤਾਂ ਬ੍ਰਿਟਿਸ਼ਰਜ਼ ਨੇ ਯੂਨੀਅਨ ਜੈਕ ਦੇ ਨਾਂ ਤੇ ਠੀਕ ਹੈ ਨਾ ਤੇ ਤੁਸੀਂ ਆਪਣਾ ਮੁੰਡਗੁਮਰੀ ਸੀ ਚੇਂਜ ਕੀਤਾ ਨਾ ਤੁਸੀਂ ਮੈਂ ਕਹਿਣਾ ਕਿ ਤੁਸੀਂ ਔਰੰਗਜ਼ੇਬ ਦੇ ਨਾਂ ਤੇ ਸੜਕ ਕਿਸ ਬੇਸਿਸ ਤੇ ਰੱਖ ਸਕਦੇ ਹੋ ਬਿਲਕੁਲ ਖਰਚ ਹੁੰਦਾ ਮੈਂ ਤੇ ਕਹਿੰਦਾ ਮੈਨੂੰ 10 ਡਾਲਰ ਦਿਓ ਮੈਂ ਸਾਰਾ ਕਰ ਦਿਆਂਗਾ ਤੁਹਾਡੀ ਟ੍ਰੈਫਿਕ ਐਡਰੈਸ ਸਿਸਟਮ ਐਨਾ ਮਾੜਾ ਹੈ ਕਿ ਕਿੱਥੇ google ਨਹੀਂ ਚੱਲਦਾ ਉੱਥੇ ਬਲੌਕ A ਸਬ ਬਲੌਕ D ਉਹਦੇ ਨਾਲ Z ਹੋ ਜਾਂਦਾ ਹੈ Z ਦੇ ਪਿੱਛੇ Y ਨਹੀਂ ਹੁੰਦਾ ਉਹ ਕੁਝ ਹੋਰ ਬੜੇ ਪ੍ਰੋਬਲਮ ਨੇ ਇੰਡੀਆ ਦੇ ਵਿੱਚ ਲੇਕਿਨ ਆਇਡੈਂਟਿਟੀਜ਼ ਆ ਜਿਹੜਾ ਪ੍ਰੋਬਲਮ ਸਭ ਤੋਂ ਜ਼ਿਆਦਾ ਹੈ ਇੰਡੀਆ ਵਾਹਿਦ ਸਿਵਲਾਈਜ਼ੇਸ਼ਨਲ ਕੰਟਰੀ ਜਿਹਦੇ ਅੰਦਰ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਆਪਣੀ ਸਿਵਲਾਈਜ਼ੇਸ਼ਨ ਨੂੰ ਤੁਸੀਂ ਹਿਕਾਰਤ ਨਾਲ ਵੇਖੋ ਜਿਹੜੇ ਦੁਸ਼ਮਣ ਆਏ ਨੇ ਉਹਨਾਂ ਨੂੰ ਰਿਸਪੈਕਟ ਕਰੋ ਤੇ ਇਹ ਜਿਹੜਾ ਪਾਗਲ ਬਣਾ ਹੈ ਇਹਨੂੰ ਕੋ ਕੋ ਕਹ ਸਕੂਲਿਜ਼ਮ ਕੋਈ ਕਹ ਸਕਦਾ ਕਿ ਅਸੀਂ ਪੜਿਆ ਉਹ ਜਿਹੜੇ ਤੁਰਕ ਆਏ ਸਨ ਅਰਬਾਂ ਨੂੰ ਜੁੱਤੀਆਂ ਮਾਰਨ 600 ਸਾਲ ਹਕੂਮਤ ਕੀਤੀ ਉਹ ਠੀਕ ਸਾਂ ਕੋਈ ਦੁਨੀਆ 'ਚ ਕਹਿੰਦਾ ਐਸੇ ਸਿਰਫ ਇੰਡੀਆ ਏ ਕਿ ਇੰਡੀਆ ਦੀ ਜਿਹੜੀ ਅਪਰ ਕਲਾਸ ਏ ਜਿਹੜੀ ਇੰਗਲਿਸ਼ ਮੀਡੀਅਮ ਮੈਂ ਕਹਾਂ ਜਾਂ ਆਂਟੀਆਂ ਨੇ ਉਹ ਐਨਜੀਓ ਬਾਜ਼ੀ ਜਿਹੜੀ ਏ ਉਹ ਕਹਿੰਦੇ ਨੇ ਕਿ ਸਾਡੇ ਉੱਤੇ ਕੋਈ ਜ਼ੁਲਮ ਨਹੀਂ ਹੋਇਆ। ਉਹ ਕੀ ਕਹਿ ਰਿਹਾ ਜ਼ੁਲਮ ਨਹੀਂ ਹੋਇਆ? ਉਹ ਤੇ ਮੰਦਿਰ ਤੋੜਤਾ ਸੀ ਬਾਬਰੀ ਮਸਜਿਦ ਬਣਾਉਂਦੀ ਕੋਈ ਸ਼ਰਮ ਨਹੀਂ ਆਈ। ਤੇ ਮੁਸਲਮਾਨ ਕਰਨ ਨਾ ਠੀਕ। ਹਮਮ। ਇਸਲਾਮ ਵਿੱਚ ਤੇ ਅਲਾਉਡ ਹੀ ਨਹੀਂ ਹੈ ਕਿਸੇ ਮੰਦਿਰ ਤੇ ਉੱਤੇ ਹਮਲਾ ਕਰਨਾ। ਹਮਮ। ਪਰ ਉਹ 500 ਸਾਲ ਪਹਿਲਾਂ ਹੋ ਚੁੱਕਾ ਹੈ। ਕਿਦੋਂ ਵੀ ਹੋਏ? ਜੀ। ਜ਼ਿੰਮੇਦਾਰੀ ਕਿਦੀ ਹੈ? ਮੁਸਲਮਾਨ ਨਹੀਂ ਕਹਾਂ ਨਾ ਕਹਾਂ ਨਹੀਂ ਅਸੀਂ। ਅਸੀਂ ਮੰਦਿਰ ਨਹੀਂ ਬਣਾ ਦਵਾਂਗੇ। ਅ ਕਿਸੇ ਹੋਰ ਮੁਲਕ 'ਚ ਹੁੰਦਾ। ਪਾਕਿਸਤਾਨ 'ਚ ਕੋਈ Hindu ਕਰਕੇ ਕਰ ਸਕਦਾ। ਇੱਕ ਛੇਤਰਪੰਨ ਦਾ ਠੀਕ ਹੋ ਜਾਂਦੇ ਸਾਰਾ। 30 ਲੱਖ ਬੰਦੇ ਤੁਸੀਂ ਮਾਰ ਤੇ ਬੰਗਲਾਦੇਸ਼ ਵਿੱਚ ਕੋਈ ਉਫ ਨਹੀਂ ਕਰ ਸਕਿਆ ਉਹ ਤਾਂ ਪਾਗਲਪਣਾ ਹੋ ਰਹੇ ਕਰਦੇ ਰਹੇ ਨੇ ਫਿਰ ਇੰਜੇ ਸਰ ਮੁਸਲਮਾਨਾਂ ਇੰਡੀਆ ਨੂੰ ਪਤਾ ਹੈ ਕਿ ਜਦ ਤੱਕ ਹਿੰਦੂ ਮੈਜੋਰਟੀ ਕੋਈ ਉਹਨਾਂ ਨੂੰ ਨਹੀਂ ਕੱਢ ਸਕਦਾ ਅਗਰ ਇੱਥੇ ਮੁਸਲਮ ਮੈਜੋਰਟੀ ਹੁੰਦੀ ਨਾ ਅੱਧੇ ਮੁਸਲਮਾਨ ਨੂੰ ਕੱਢ ਦੇਣਾ ਸੀ ਪਾਕਿਸਤਾਨ ਤੋਂ ਐਮਡੀਆ ਨੂੰ ਕੱਢਤਾ ਸ਼ੀਆ ਨੂੰ ਮਾਰ ਰਹੇ ਨੇ ਬੰਗਾਲੀ ਕੱਢਤੇ ਮੈਜੋਰਟੀ ਨੂੰ ਕੱਢਤਾ ਪਾਕਿਸਤਾਨ ਤੋਂ ਮੇਰੇ ਇਸਲਾਮ ਵਿੱਚ ਝੂਠ ਬੋਲਣਾ ਹਰਾਮ ਹੈ ਇਹ ਮੌਲਵੀਆਂ ਦਾ ਫਰਾਡ ਮੈਂ ਨਹੀਂ ਐਕਸੈਪਟ ਕਰਾਂਗਾ ਇੱਕ ਸਿੱਧੀ ਗੱਲ ਹੈ ਤੋਡਾ 3 ਕਹਿੰਦਾ ਹੈ ਕਿ ਤੁਸੀਂ ਕਿਸੇ ਮਸਜਿਦ ਕਿਸੇ ਚਰਚ ਨੂੰ ਮੰਦਿਰ ਨੂੰ ਹੱਥ ਨਹੀਂ ਲਾ ਸਕਦੇ ਤੁਸੀਂ ਕਿੱਧਰ ਨਹੀਂ ਕੀਤਾ ਤੁਸੀਂ ਜਾ ਕੇ ਇਸਤੰਬੁਲ ਜਾ ਕੇ ਵੇਖੋ ਉਹ 크ਿਸਚੀਨ ਸੇਂਟ ਸੋਫੀਆ ਜਿਹੜਾ ਇਹ ਚੈਪਲ ਇਹਨੂੰ ਹਾਜੀਆ ਸੋਫੀਆ ਮਸਜਿਦ ਬਣਾਤਾ ਹੈ ਅਗਰ ਹੈ ਉੱਤੇ ਅੱਲਾ ਉਹ ਮਾਫ ਕਰੇਗਾ ਬ੍ਰਿਟਿਸ਼ ਤੇ ਇੰਡੀਅਨ ਨਹੀਂ ਨਾ ਮੇਰਾ ਕੰਮ ਹੈ ਇੰਡੀਆ ਦਾ ਹੂੰ ਮੇਰੀ ਨਸਲਾਂ ਨੇ ਹਿੰਦੁਸਤਾਨੀ ਮੈਂ ਹਿੰਦੁਸਤਾਨ ਦੀ ਗੱਲ ਕਰਾਂਗਾ ਮੈਂ ਪੰਜਾਬ ਦੀ ਗੱਲ ਕਰਾਂਗਾ ਹਿੰਦੁਸਤਾਨ ਨੂੰ ਸ਼ੇਪ ਕਰਨ ਵਿੱਚ ਪੰਜਾਬ ਦਾ ਰੋਲ ਹੈ ਇਹ ਦੁਨੀਆ ਦੀ ਵਾਹਿਦ ਜਗ੍ਹਾ ਜਿੱਥੇ 5-6 ਦਰਿਆ ਇੱਕ ਵਿੱਚ ਜਾਂਦੇ ਨੇ ਤੁਸੀਂ ਅਗਰ ਇਜੀਪਟ ਜਾਓ ਤਾਂ ਇੱਕ ਦਰਿਆ ਜਾ ਕੇ ਉਹ ਵੰਡਦਾ ਅੱਗੇ ਥਿਸ ਇਜ਼ ਯੂਨੀਕ ਪੰਜਾਬ ਐਵੇਂ ਨਹੀਂ ਰਾਮ ਦੇ ਦੋ ਬੱਚਿਆਂ ਦੇ ਨਾਂ ਤੇ ਲਾਹੌਰ ਤੇ ਕਸੂਰ ਕੀਤਾ ਤੇ ਅੱਜ ਇੱਕ ਹਿੰਦੂ ਨਹੀਂ ਰਹਿ ਸਕਦਾ ਉੱਥੇ ਸਰ ਕਹਿੰਦੇ ਰਹੋ ਮੈਂ ਕਹਿ ਰਿਆਂ ਕਿ ਤੁਸੀਂ ਕੀੜੇ ਲੱਭਦੇ ਰਹੋ ਤੇ ਕੀੜੇ ਮਿਲ ਜਾਣਗੇ ਤੁਮ ਮੈਂ ਕਹਿਣਾ ਕਿ ਪਿਛਲੇ 5000 ਸਾਲ ਤੋਂ ਮੁੰਜ ਦਾਰੋਂ ਨੂੰ ਮੰਨਦੇ ਹੋ ਟਕਸ਼ਿਲਾ ਨੂੰ ਮੰਨਦੇ ਹੋ ਨਲੰਦਾ ਯੂਨੀਵਰਸਿਟੀ ਨੂੰ ਮੰਨਦੇ ਹੋ ਨਲੰਦਾ ਯੂਨੀਵਰਸਿਟੀ ਕਿੰਨੇ ਜਿਲਾਈ ਪੂਰੀ ਬੁੱਧ ਫਿਲਾਸਫੀ ਜਿਹੜੀ ਹੈ ਉਹ ਜਾਪਾਨ ਗਈ ਹੈ ਉਸ ਟਾਈਮ ਤੇ ਜਦ ਅਲਾਉਦੀਨ ਖਿਲਜੀ ਆਇਆ ਉਹਨੇ ਕਿਹਾ 3 ਲੱਖ ਕਿਤਾਬਾਂ ਇਹ ਕਿਸ ਤਰ੍ਹਾਂ ਹੋ ਸਕਦਾ ਜੀ ਪੂਰੀ ਲੈਪ ਇੰਟਰਨੈਸ਼ਨਲ ਯੂਨੀਵਰਸਿਟੀ ਸਰ ਉਹ ਮੁਗਲਾਂ ਤੋਂ ਪਹਿਲੀ ਦੀ ਗੱਲ ਹੈ ਸਾੜ ਕੇ ਸਵਾ ਕਰਤਾ ਉਹ ਸਾਰੇ ਜਿਹੜੇ ਸਕਾਲਰਸ ਹਨ ਕੋਈ ਟਿੱਬਟ ਗਿਆ ਕੋਈ ਚੀਨ ਗਿਆ ਜਾਪਾਨ ਗਿਆ ਹੁਣ ਸਿਰਫ ਜਾਪਾਨ ਜੀ ਬੁੱਧਿਜ਼ਮ ਹੈ بچਿਆ ਉੱਧਰ ਹੀ ਜਾ ਕੇ ਤੁਸੀਂ ਵੇਖੋ ਉਹਨਾਂ ਨੇ ਬਚਾਇਆ ਜਿਹੜਾ ਵਰਨਾ ਐਵਰੀ ਸਕਾਲਰ ਇਨ ਇੰਡੀਆ ਵਾਸ ਕਿਲ ਮਸਜਿਦ ਤੋੜਨ ਦੀ ਕੀ ਲੋੜ ਹੈ ਲੇਕਿਨ ਜਿਹੜੇ ਮੰਦਰ ਤੇ ਉੱਤੇ ਬਣੇ ਆ ਕੈਪਟੇਬਲ ਨੂੰ ਮਸਜਿਦ ਹੈ ਹੀ ਨਹੀਂ ਪ੍ਰੋਫਿਟ ਦੀ ਜਿਹੜੀ ਘਰ ਸੀ ਉਹਦੇ ਉੱਤੇ ਪਾਰਕਿੰਗ ਰੋਡ ਬਣਾਤਾ ਇਹ ਛੱਡ ਦਿਓ ਜੇ ਜਿਹੜਾ ਮੁਸਲਮਾਨ ਕਹਿੰਦਾ ਮਾਨੂੰ ਬੜੀ ਪੀੜ ਹੈ ਕਿ ਉੱਥੇ ਮਸਜਿਦ ਤੋੜਦੀ ਆ ਜਾਣ ਦਾਮੇ ਤੇ ਸੌਦੇ ਰਿਬੇ ਨਾਲ ਲੜਦੇ ਆ ਕਿੰਨੀ ਮੱਕੇ ਕਿੰਨੀ ਮਸਜਿਦਾਂ ਤੋੜੀਆਂ ਨੇ ਤੁਸੀਂ ਪਾਰਟੀਸ਼ਨ ਦਾ ਕੋਈ ਤੱਲਕ ਨਹੀਂ ਸੀ ਸਿਰਫ ਪੰਜਾਬ ਤੇ ਬੰਗਾਲ ਦੀ ਪਾਰਟੀਸ਼ਨ ਸਰ ਕੰਟਰੀ ਹੁੰਦੀ ਹੈ ਇੱਕ ਅਫਗਾਨਿਸਤਾਨ ਹੈ ਉਹ ਅਫਗਾਨਾ ਦਾ ਮੁਲਕ ਹੈ ਉਹ ਪਿਛਲੇ ਕੋ 5000 ਸਾਲ ਤੋਂ ਅਫਗਾਨ ਹੈ ਨਾ ਠੀਕ ਹੈ ਹਿੰਦੁਸਤਾਨ ਕਜ਼ਾਕਿਸਤਾਨ ਹੈ ਬੈਲਜੀਅਮ ਹੈ ਹਾਲੈਂਡ ਹੈ ਇੰਗਲੈਂਡ ਹੈ ਜਾਪਾਨ ਹੈ ਚੀਨ ਹੈ ਇਹ ਤੇ ਹਜ਼ਾਰਾਂ ਸਾਲਾਂ ਤੋਂ ਡਿਵੈਲਪ ਹੋ ਰਹੇ ਨਾ ਪੰਜਾਬ ਦੀ ਗੱਲ ਕਰੋ ਤਾਂ ਪੰਜਾਬ ਹੋ ਸਕਦਾ ਮੁਲਕ ਬਲੋਚਿਸਤਾਨ ਹੋ ਸਕਦਾ ਬੰਗਾਲ ਹੋ ਸਕਦਾ ਲੇਕਿਨ ਪਾਕਿਸਤਾਨ ਕਿੱਥੋਂ ਆ ਗਿਆ ਕਿ ਲੰਡਨ ਵਿੱਚ ਬੈਠ ਕੇ ਇੱਕ ਬੰਦਾ ਕਹਿੰਦਾ ਯਾਰ ਇਹ ਮਜ਼ਾ ਨਹੀਂ ਆ ਰਿਹਾ ਹਿੰਦੂਆਂ ਦੇ ਨਾਲ ਰਹਿ ਕੇ ਹਮ ਤਾਂ ਸਿੱਖਾਂ ਨੂੰ ਚੰਗੀ ਕੁੱਟ ਨਾ ਪਾਈ ਜਾਏ ਤੇ ਗੱਲ ਹੀ ਨਹੀਂ ਬਣੇਗੀ ਮਈ ਦੀ 5 ਤਾਰੀਖ ਨੂੰ ਬਰਲਿਨ ਦੇ ਉੱਤੇ ਕਬਜ਼ਾ ਹੋਇਆ ਰੈਡ ਆਰਮੀ ਦਾ Soviet Union ਦੀ ਚਰਚਿਲ ਬਜਾਇ ਇਸ ਕੇ ਕਿ ਕਹਿ ਕੇ ਮਾਰੇਗਾ ਮਾਰੇਗਾ ਯੂਰਪ ਚਲਾ ਗਿਆ ਕਮਿਊਨਿਜ਼ਮ ਦੇ ਹੱਥੇ ਉਹਨੇ ਉਸ ਦਿਨ ਮੀਟਿੰਗ ਬੁਲਾਈ ਕਿ ਉਹਨੂੰ ਤੇ ਛੱਡੋ ਇੰਡੀਆ ਦਾ ਕੀ ਹੋਏਗਾ ਕਮੇਟੀ ਬਿਠਾਈ ਉਹਨੇ ਕਿਹਾ ਕਿ ਰੂਸ ਦੀ ਫੌਜ ਵੀ ਮਿਲੀਅਨ ਸਟਰੋਂਗ ਸੀ ਐ ਅੰਗਰੇਜ਼ ਤੇ ਅਮਰੀਕਾ ਵੀ ਕੋਈ ਜੰਗ ਨਹੀਂ ਲੜੀ ਹਨ ਨੇ ਕਿਆ ਮੈਨਨ ਨੂੰ ਆਪਣੇ ਪਟੇਲ ਨੂੰ ਦੂਜੇ ਲੀਡਰ ਸੰਗ ਕੇ ਇੰਡੀਆ ਦੀ ਆਜ਼ਾਦੀ ਦੇ ਬਾਅਦ ਸਾਨੂੰ ਜਿਹੜਾ ਵੈਸਟਰਨ ਨਾਰਥ-ਵੈਸਟਰਨ ਇੰਡੀਆ ਜਿਹੜਾ ਕੋਇਟਾ ਪਸ਼ਾਵਰ ਦਾ ਏਰੀਆ ਵੀ ਨੀਡ ਅ ਮਿਲਟਰੀ ਬੇਸ देयर ਕਿਉਂਕਿ ਰੈਡ ਆਰਮੀ ਜਿਹੜੀ ਏ ਉਹ ਈਰਾਨ ਵਿੱਚ ਵੜ ਗਈ ਸੀ ਉੱਥੇ ਮਹਾਬਾਦ ਇੱਕ ਕੰਟਰੀ ਬਣਾਇਆ ਉਹਨਾਂ ਨੇ ਏ ਕੁਰਦਾਂ ਦਾ ਇੱਕ ਜ਼ੇਰੀ रिपब्लिक बनाई एना ਨੂੰ ਯੂਰਪ ਛੱਡ ਕੇ ਇੰਡੀਆ ਦਾ ਕਿਸੇ ਕੇ ਅਸੀਂ ਕੀ ਕਰਾਂਗੇ ਜਿਨ੍ਹਾਂ ਸਾਹਬ ਰਹਿੰਦੇ ਸਨ ਉਸ ਟਾਈਮ ਤੇ ਇੰਗਲੈਂਡ ਐ 26 ਅਪਾਰਟਮੈਂਟ ਦੇ ਲੈਂਡਲੋਰਡ ਸਨ ਐਸ ਐਕਸਪੀਰੀਅੰਸ ਐਕਟਰ ਬੰਦਾ ਸੀ ਇਹਨਾਂ ਨੇ ਜ਼ਿੰਦਗੀ ਵਿੱਚ ਕੋਈ ਖਤ ਤੱਕ ਨਹੀਂ ਲਿਖਿਆ ਮੈਨੂੰ ਦਸ ਲੈਟਰ ਟੂ ਦ ਐਡੀਟਰੀ ਇਸ ਬੰਦੇ ਨੇ ਲਿਖਿਆ ਹੈ ਪਾਕਿਸਤਾਨ ਬਣਾਇਆ ਜਿਨ੍ਹਾਂ ਲਾਇਰ ਸੀ ਠੇਕੇਦਾਰ ਸੀ ਤੇ ਤੁਹਾਡੇ ਯੂਪ ਤੇ ਸੀਪੀ ਦੇ ਜਿਹੜੇ ਬਿਹਾਰ ਦੇ ਮੁਸਲਮਾਨ ਨਵਾਬ ਸਨ ਉਹ ਜਿਹੜੇ ਲਖਨਵੀ ਤਜ਼ੀਬ ਵਾਲੇ ਜਿਸੀਂ ਅੱਜ ਕੱਲ ਦਾ ਫਰਾਡ ਜਿਹੜਾ ਹੈ ਕਿ ਗੰਗਾ ਜਮਨਾ ਤਜ਼ੀਬ ਇਹ ਟੋਟਲ ਫਰਾਡ ਹੈ ਨਾ ਤਜ਼ੀਬ ਇਹ ਨਾ ਗੰਗਾ ਨਾ ਜਮਨਾ ਇਹਨਾਂ ਨੇ ਪਾਕਿਸਤਾਨ ਬਣਾਇਆ ਔਰ ਨੇ ਜਾ ਕੇ ਕਿਹਾ ਬੁੱਢਾ ਕਦੋਂ ਮਰੇਗਾ ਹੂੰ ਉਰਦੂ ਵਿੱਚ ਉਹਨਾਂ ਨੇ ਆ ਕੇ ਪਾਕਿਸਤਾਨ ਦੀ ਲੈਂਗੁਏਜ ਕੰਪਲਸਰੀ ਉਰਦੂ ਕੀਤੀ ਜਿਨ੍ਹਾਂ ਤੇ ਉਰਦੂ ਬੋਲ ਹੀ ਨਹੀਂ ਸਕਦਾ ਸੀ ਮੈਂ ਤੁਹਾਡੀ ਦੀ ਸਿਸਟਰ ਦੀ ਸਪੀਚ ਕੱਲ ਕਿਸੇ ਨੇ ਰਿਲੀਜ਼ ਕੀਤੀ ਸ਼ਿਕੁੰਟੋ ਇੱਕ ਗੁਜਰਾਤੀ ਬੋਲਣ ਵਾਲਾ ਆਦਮੀ ਨੇ ਉਰਦੂ ਕਿੱਥੋਂ ਆ ਗਈ ਹੈ ਹੈ ਉਹ ਲੋਕਾਂ ਨੇ ਪਾਕਿਸਤਾਨ ਤੇ ਇਸ ਪਾਕਿਸਤਾਨ ਤੇ ਕਬਜ਼ਾ ਕਰਕੇ ਆਪਣਾ ਬਣਾਇਆ ਕਿ ਅਸੀਂ ਫੇਰ ਦਿੱਲੀ ਤੇ ਹਮਲਾ ਕਰਕੇ ਨਾ ਕਬਜ਼ਾ ਕਰਨਗੇ ਅਸੀਂ ਮੁਗਲ ਦੇ ਆ ਨਵਾਬ ਜਿਹੜਾ ਕੀ ਬਜਾਇਤ ਅਲੀ ਖਾਨ ਸੀ ਕੌਣ ਸੀ ਜਿਹਨੂੰ ਸੁਟਿਆ 420 ਦੇ ਨਾਲ ਕਲਕੱਤੇ ਉਹ ਲੋਕਾਂ ਨੇ ਪਾਕਿਸਤਾਨ ਬਣਾਇਆ ਪੰਜਾਬ ਵਿੱਚ ਮਿਨਿਸਟਰੀ ਕਿਦੀ ਸੀ ਕੋਈ ਮੁਸਲਿਮ ਲੀਗ ਨਹੀਂ ਜਿੱਤੀ ਸੂਬਾ ਸਰਦ ਜਿਹੜਾ ਸੀ ਪਸ਼ਤੂਨਾਂ ਦਾ ਉੱਥੇ ਕਾਂਗਰਸ ਦੀ ਗਵਰਨਮੈਂਟ ਸੀ ਬਲੋਚਿਸਤਾਨ ਆਜ਼ਾਦ ਮੁਲਕ ਸੀ ਸਿੰਧ ਜਿਹੜਾ ਸੀ ਉੱਥੇ ਜਿਹੜਾ ਚੀਫ ਮਿਨਿਸਟਰ ਸੀ ਕਾਂਗਰਸ ਦਾ ਅੱਲਾ ਬਖਸ਼ੂ ਮਰ ਨੂੰ ਸ਼ੂਟ ਕਰਕੇ ਮਾਰਤਾ ਇੱਕ ਵਾਰ ਤੋਂ ਸਿੰਧ ਦੇ ਅੰਦਰ ਉਹ ਵੀ ਜੀ ਐਮ ਸੈਇਦ ਦਾ ਜਿਨੇ ਕਹੇ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋਈ ਕਿ ਮੈਨੂੰ ਬੇਵਕੂ ਬਣਾਇਆ ਮੁਹੰਮਦ ਅਲੀ ਜਿਨਾ ਨੇ ਇਹ ਬੰਦਾ ਬੰਬਈ ਦਾ ਐਮ ਪੀ ਹੈ ਮੈਨੂੰ ਤੁਸੀਂ ਦੱਸੋ ਅਗਰ ਕੋਈ ਦਿੱਲੀ ਤੋਂ ਇਲੈਕਟ ਹੁੰਦਾ ਹੈ ਜਾਂ ਚੰਡੀਗੜ੍ਹ ਤੋਂ ਹੁੰਦਾ ਹੈ ਉਜਾ ਕਰ ਕੋਈ ਗੱਲ ਕਰੇਗਾ ਆਪਣੇ ਚਿਨਾਈ ਦੀ ਉਹ ਤੇ ਆਪਣੀ ਗੱਲ ਕਰੇਗਾ ਨਾ ਮੈਨੂੰ ਇੱਕ ਚੀਜ਼ ਆ ਸੋਚ ਜਿਹੜੀ ਜਿਨ੍ਹਾਂ ਨੇ ਬੰਬਈ ਦੇ ਵਾਸਤੇ ਕੀਤੀ ਹੋਏ ਭਾਈ ਮੇਰੇ ਮੁਲਕ ਤੇ قبضہ ਕੀਤਾ ਹੂੰ ਹੂੰ ਪੰਜਾਬ ਤੇ قبضہ ਕੀਤਾ ਸਿੰਧ ਤੇ قبضہ ਕੀਤਾ ਭਗਤ ਸਿੰਘ ਨੂੰ ਮੰਨਣ ਵਾਸਤੇ ਕੋਈ ਲੋਕੀ ਜ਼ਰੂਰ ਸਨ ਇਹ ਕੀ ਫਰਕ ਪੈਂਦਾ ਤੇ ਬਾਰੇ ਬੇਟੀਆਂ ਨੇ ਤੇ ਇੱਕ ਤੇ ਅਸੀਂ ਬੀਸੀ ਤੇ ਨਤਾਸ਼ਾ ਆਂਦੀ ਹੈ ਖਬਰਾਂ ਪਰ ਦੀ ਦੂਜੀ ਹੈ ਤੇ ਇਸੀ ਨਾਜ਼ੀਆ ਉਹ ਬੱਚੀ ਜਿਹੜੀ ਹੈ ਆਟਿਸਟਿਕ ਹੈ ਸਾਡੇ ਨਾਲ ਹੀ ਰਹਿੰਦੀ ਹੈ ਤੇ ਅਸੀਂ ਤੇ ਉਹ ਦੂਜੀ ਜਿਹੜੀ ਉਹ ਸਾਉਦੇ ਰਬੀਅਤ ਪੈਦਾ ਹੋਈ 10 ਸਾਲ ਉੱਥੇ ਵੀ ਕੱਟੇ ਅਸੀਂ ਅਸਲੀਅਤ ਦੇਖੀ ਦੇਖੋ ਜੀ ਮੈਂ ਬਾਇਓ ਕੈਮਿਸਟਰੀ ਮੈਂ ਸਬਜੈਕਟ ਲੈਂਦਾ ਸਾਂ ਜਿੱਦੇ ਕਲਾਸ ਨਾ ਅਟੈਂਡ ਕਰਨੀ ਪਾਏ ਅੱਛਾ अच्छा वो सारे कम्युनिस्ट दोस्त ਸਾਡੇ ਉਹ ਅਸੀਂ ਸਬਜੈਕਟ ਲੈਂਦੇ ਸੀ ਜਿਹਦੇ ਅੰਦਰ ਇੱਕ ਦੋ ਸਬਜੈਕਟ ਦਾ ਕਲੈਸ਼ ਹੋ ਜਾਏ ਇਹਦਾ ਮਤਲਬ ਹੈ ਦੋਨੋਂ ਜਗ੍ਹਾ ਅਸੀਂ ਟੀਚਰਾਂ ਨੂੰ ਕਹੀਏ ਮੈਂ ਦੂਜੀ ਕਲਾਸ ਵਿੱਚ ਬੈਠਾ ਲਾਉਣੇ ਨਹੀਂ ਯੂਨੀਵਰਸਿਟੀ ਦੇ ਅੰਦਰ ਦਾਖਲਾ ਲਿਆ ਲੋਕਾਂ ਨੂੰ ਮਿਲਟਰੀ ਦੇ ਅਗੇਂਸਟ ਜਿਹੜਾ ਅਸੀਂ ਉਸ ਟਾਈਮ ਤੇ 68 ਇਜ਼ ਈਯੂਬ ਖਾਨ ਸੀ ਫੀਲਡ ਮਾਰਸ਼ਲ ਉਹਨੇ ਉਸ ਟਾਈਮ ਤੇ ਵੀ ਅਰੈਸਟ ਹੋਇਆ ਉਹਨਾਂ ਨੂੰ ਫੜ ਕੇ ਫਿਰ ਮੈਨੂੰ ਲਈਆ ਇੱਕ ਡਿਸਟ੍ਰਿਕਟ ਤੇ ਆ ਉਥੇ ਬਿਲਕੁਲ ਨਾਰਥ-ਵੈਸਟ ਪੰਜਾਬ ਹਮ ਤੇ ਬਿਲਕੁਲ ਇੰਡਸ ਰਿਵਰ ਦੇ ਨਾਲ ਉਥੇ 3-4 ਮਹੀਨੇ ਰੱਖੇ ਫਿਰ ਉਹਦਾ ਤਖਤਾ ਉਲਟਾ ਗਿਆ ਯਾਇਆ ਖਾਨ ਆਇਆ ਉਹ ਜਦ ਆਇਆ ਤਾਂ ਲੁੱਟ ਮਾਰ ਪਈ ਸੀ ਅਸੀਂ ਵੀ ਟ੍ਰੇਨ ਬੈਠ ਕੇ ਘਰ ਚ ਵਾਪਸ ਆਏ ਇਹ ਡਿਫੈਂਸ ਆਫ ਪਾਕਿਸਤਾਨ ਰੂਲਸ ਦੇ ਅੰਦਰ ਹਮ ਯੂ ਦਾ ਗਵਰਨਮੈਂਟ ਕੈਨ ਪੁਟ ਯੂ ਇਨ ਜੇਲ ਇਨਡੇਫਿਨਿਟਲੀ ਹਮ ਫਾਰ ਨੋ ਰੀਜ਼ਨ ਐਂਡ ਯੂ ਕੈਨੋਟ ਗੋ ਟੂ ਅ ਕੋਰਟ ਇਹ ਤੁਸੀਂ ਇੰਦਰਾ ਗਾਂਧੀ ਦੀ ਇਮਰਜੈਂਸੀ ਕਹਿੰਦੇ ਹੋ ਇਮਰਜੈਂਸੀ ਵਾਲੀ ਉਹ ਬਿਲਕੁਲ ਬੱਚਿਆਂ ਵਾਲੀ ਸੀ ਹਮ ਇਹਦੇ ਅੰਦਰ ਵਾਂਸ ਯੂ ਆਰ ਗੋਨ ਯੂ ਆਰ ਗੋਨ ਤੇ ਜਿਹੜੇ ਜੇਲ੍ਹ ਵਿੱਚ ਸਾਨੂੰ ਪਾਇਆ ਸੀ ਉਹਦੇ ਅੰਦਰ ਕਬਰਿਸਤਾਨ ਉਹਦਾ ਆਪਣਾ ਸੀ 1925 ਵਿੱਚ ਉੱਥੇ ਜਵਾਹਰ ਲਾਲ ਨਹਿਰੂ ਨੂੰ ਵੀ ਅਰੈਸਟ ਕਰਕੇ ਰੱਖਿਆ ਸੀ ਉਹਨਾਂ ਨੂੰ ਲਾਇਬ੍ਰੇਰੀ ਵਿੱਚ ਛੱਡ ਕੇ ਆਏ ਉੱਥੇ ਉਹ ਕਬ ਉਹਦਾ ਸੈਮੇਟਰੀ ਸੀ ਕਿ ਇਹ ਦੇਖੋ ਇਹ ਲੋਕੀ ਮਰੇ ਨੇ ਇੱਥੇ ਪਰ ਹਕੂਮਤ ਦੇ ਖਿਲਾਫ ਤੁਸੀਂ ਕੀ ਹੈ ਅਜਿਹਾ ਕਹਿ ਦਿੱਤਾ ਇਹ ਖਟਾ ਉਹ ਇਹਨੂੰ ਈਯੂਬ ਖਾਨ ਮੁਰਦਾਬਾਤ ਸਿੱਧੀ ਗੱਲ ਹੈ ਦੇਖੋ ਜੀ ਅਸੀਂ ਇੱਕ ਦੋ ਲੜਕੇ ਬਸ ਤੇ ਚੜ ਜਾਂਦੇ ਸਾਂ ਤੇ ਵੀ ਵੁੱਡ ਸਟਾਰਟਸ ਬਸ ਤੇ ਤੁਹਾਨੂੰ ਪਤਾ ਹੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਲੋਚਾਂ ਦੇ ਨਾਲ ਦੇਖੋ ਕਰਾਚੀ ਤੇ ਪੰਜਾਬ ਵਿੱਚ ਇੰਨਾ ਕੋਈ ਜ਼ੁਲਮ ਨਹੀਂ ਸੀ ਫੌਜਾਂ ਜਿਹੜੀ ਮਾਰ ਰੀਆਂ ਸਨ ਉਹ ਬਲੋਚਿਸਤਾਨ ਵਿੱਚ ਇੱਕ ਮੈਂ ਜਿਨਾ ਸਾਹਿਬ ਦੀ ਦੱਸਾਂ ਬਾਰਬਰਾ ਇੱਕ ਇੱਕ ਛੋਟਾ ਜਿਹਾ ਗਾਉ ਹੈ ਉਹਦੇ ਪਿੱਛੇ ਦਰਿਆ ਜਾਂਦਾ 700 ਆਦਮੀ ਆਪਣੇ ਗਫਾਰ ਖਾਨ ਬਾਚਾ ਖਾਨ ਜਿਹੜੇ ਫਰੰਟੀਅਰ ਗਾਂਧੀ ਉਹਦੇ ਲੋਕੀ ਬੈਠੇ ਸਨ ਇਹ ਨਵੰਬਰ 47 ਦੀ ਗੱਲ ਹੈ ਠੀਕ ਮਮਦਲੀ ਜਿਨਾ ਨੇ ਉੱਥੇ ਮੈਸੇਕਰ ਕਰਾਇਆ 700 ਆਦਮੀ ਮਾਰੇ ਆ। ਦੇਖੋ ਅਗਰ ਤੇ ਤੁਹਾਡੇ ਅੰਦਰ ਕੋਈ ਅਸਰ ਹੀ ਨਹੀਂ ਹੋਇਆ ਨਾ ਤਾਂ ਫਿਰ ਤੁਸੀਂ ਛੱਡ ਦਿਓ ਪੰਜਾਬੀ ਨਹੀਂ ਆ। ਬਾਕੀ ਬੜੇ ਮੇਰੇ ਅਜੀਬ ਹੀ ਦੋਸਤ ਮੇਰੇ ਨਾਲ ਜਿਹੜੇ ਜੇਲ੍ਹ ਰਿਹਾ ਹੈ ਨਾ ਹਮ ਇੱਕ ਡੇਢ ਸਾਲ ਉਹ ਵੀ ਇੱਥੇ ਹੀ ਰਹਿੰਦਾ। ਉਹ ਮੈਂ ਕਿਹਾ ਅਸੀਂ ਇਹ ਕੀ ਤਾਂ ਕਹਤਾ ਹੱਦ ਹੋ ਗਈ ਯਾਰ ਤੂੰ ਕਿੰਨਾ ਬਰਬਾਦ ਤਮੈਨੂ ਇੱਕ ਪਹਾੜ ਦੇ ਉੱਤੇ ਜੇਲ੍ਹ ਸੀ। ਠੀਕ। ਯਾਨੀ ਕੋਈ ਆ ਜਾ ਸਕਦਾ ਨਹੀਂ ਦਿਵਾਰਾਂ ਦੇ ਉੱਤੇ ਬਿਜਲੀ ਦੀਆਂ ਵਾਇਰਾਂ ਹੂੰ ਤੇ ਮੈਂ ਕਿ ਇਤੋਂ ਨਸਣਾ ਤਾਂ ਨਹੀਂ ਇਹ ਇਥੇ ਹੋਰ ਕੀ ਹੋ ਸਕਦਾ ਉਹਨਾਂ ਕਿ ਤੁਸੀਂ ਕੈਦੀਆਂ ਨੂੰ ਇੰਗਲਿਸ਼ ਪੜ੍ਹਾਓ ਹੂੰ ਤੇ ਅਸੀਂ ਲੈ ਕੇ ਹਰ ਕੈਦੀ ਨੂੰ ਨਾ ABC ਸਿਖਾਈ ਮੈਂ ਕਿ ਵਿੱਚ ਛੱਡੋ ਉਰਦੂ ਬਲੋਚੀ ਉਲਤੀ ਡਾਇਰੈਕਟ ਜਾਓ ਉਹ ਹੁੰਦੀ ਸੀ ਇੱਕ ਚੀਜ਼ ਵਾਇਬਟਿੰਡਾ ਉਹ ਡਿਗਰੀ ਬੀਏ ਮਿਲਦੀ ਸੀ ਬਾਈਪਾਸ ਕਰਕੇ ਕੋਈ ਤਰੀਕਾ ਸਭ ਨੂੰ ਬਾਬਾ ਬਲੈਕਸ਼ੀ ਸਿਖਾਈ ਤੇ ਬੀਸੀਡੀ ਸਕਾਈ ਤੇ ਉਹਨੂੰ ਫਿਰ ਕਿ بلوچستان ਦੀ ਆਜ਼ਾਦੀ ਦੀ ਜੰਗ ਕਿਸ ਤਰ੍ਹਾਂ ਹੋਏਗੀ ਮੈਂ ਐਨਐਚ ਉਹ ਪਾਬੇ ਲੋਕ ਹੀ ਬੈਠੇ ਨੇ ਤੇ ਉੱਥੇ ਸਿਰਫ ਲਾਈਫ ਇੰਪ੍ਰਿਜ਼ਨਮੈਂਟ ਵਾਲੇ ਲੋਕ ਹੀ ਸਨ ਜਿਨ੍ਹਾਂ ਨੇ ਕਤਲ ਕੀਤਾ ਹੋਇਆ